ਸਤਿ ਸ਼੍ਰੀ ਅਕਾਲ ਦਰਸ਼ਕੋ ਅੱਜ ਦਾ ਜਿਹੜਾ ਚਰਚਾ ਦਾ ਵਿਸ਼ਾ ਹੈ ਉਹਦੇ ਬਾਰੇ ਮੈਂ ਵੀਡੀਓ ਬਣਾਉਣ ਲਈ ਇਸ ਲਈ ਸੋਚਿਆ ਕਿਉਂਕਿ ਮੇਰੇ ਕੋਲ ਕਾਫੀ ਫੋਨ ਕਾਲਸ ਆਉਂਦੀਆਂ ਹੈ ਕਿ ਡਾਕਟਰ ਸਾਹਿਬ ਸਾਡੇ ਘਰ ਦੋ ਲੜਕੀਆਂ ਹਨ ਅਤੇ ਕੀ ਤੁਸੀਂ ਟੈਸਟ ਟਿਊਬ ਬੇਬੀ ਨਾਲ ਸਾਡੇ ਘਰ ਇੱਕ ਲੜਕਾ ਕਰ ਸਕਦੇ ਹੋ ਅਤੇ ਓ ਪੀ ਡੀ ਵਿੱਚ ਵੀ ਮੇਰੇ ਕੋਲ ਆਏ ਦਿਨ ਪੇਸ਼ੈਂਟ ਆਉਂਦੇ ਹਨ ਜਿਹੜੇ ਇਸ ਤਰ੍ਹਾਂ ਦੀ ਸਲਾਹ ਮੰਗਦੇ ਹਨ ਔਰ ਜੈਨੂਇਨ ਐਡਵਾਈਸ ਮੰਗਦੇ ਹਨ ਔਰ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਉਹਨਾਂ ਨੂੰ ਸਮਝਾਉਣ ਲਈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਔਰ ਮੈਂ ਇਹ ਬਹੁਤ ਡਿਟੇਲ ਵਿੱਚ ਦੱਸਦੀ ਹਾਂ ਔਰ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਇਹ ਗੱਲ ਦੱਸਣ ਲਈ ਔਰ ਇਸ ਲਈ ਮੈਂ ਸੋਚਿਆ ਕਿ ਇੱਕ ਵੀਡੀਓ ਬਣਾ ਲਈ ਜਾਏ ਅਤੇ ਮੇਰਾ ਵੀ ਥੋੜ੍ਹਾ ਕੰਮ ਆਸਾਨ ਹੋ ਜਾਵੇ ਅਤੇ ਮੈਂ ਇਸ ਵੀਡੀਓ ਦਾ ਲਿੰਕ ਸ਼ੇਅਰ ਕਰ ਸਕਦੀ ਹਾਂ ਪੇਸ਼ੈਂਟ ਨਾਲ ਬਿਫੋਰ ਕਿ ਮੈਂ ਉਹਨਾਂ ਨੂੰ ਇਹੀ ਗੱਲ ਦੁਬਾਰਾ ਆਪ ਦੱਸਾਂ ਤਾਂ ਇਹ ਜਿਹੜੀ ਗੱਲ ਹੈ ਇਹ ਮੈਂ ਇੱਕ ਕਹਾਣੀ ਤੋਂ ਸ਼ੁਰੂ ਕਰਾਂਗੀ ਮੇਰੇ ਕੋਲ ਇੱਕ ਪੇਸ਼ੈਂਟ ਸੀ ਜਿਸ ਨੂੰ 10-15 ਸਾਲਾਂ ਤੋਂ ਮੈਰਿਜ ਤੋਂ ਬਾਅਦ ਬੇਬੀ ਨਹੀਂ ਹੋ ਰਿਹਾ ਸੀ ਦੋ ਕਿ ਤਿੰਨ ਆਈ ਵੀ ਐੱਫ ਫੇਲ ਵੀ ਹੋਏ ਹੋਏ ਸਨ ਅਤੇ ਦੋ ਤਿੰਨ ਰਸੌਲੀਆਂ ਦੇ ਓਪਰੇਸ਼ਨ ਵੀ ਹੋਏ ਹੋਏ ਸਨ ਅਤੇ ਕਾਫੀ ਡਿਫੀਕਲਟ ਕੇਸ ਸੀ ਇਹਨਾਂ ਇਹ ਕਾਫੀ ਦੁਖੀ ਸਨ ਔਰ ਇਹ ਬੇਬੀ ਚਾਹੁੰਦੇ ਸਨ ਅਤੇ ਅਸੀਂ ਇਹਨਾਂ ਦੀ ਟ੍ਰੀਟਮੈਂਟ ਕੀਤੀ ਅਤੇ ਪਰਮਾਤਮਾ ਦੀ ਮਰਜ਼ੀ ਨਾਲ ਇਹਨਾਂ ਦੇ ਪਹਿਲੀ ਵਾਰੀ ਵਿੱਚ ਹੀ ਆਈ ਵੀ ਐੱਫ ਨਾਲ ਪ੍ਰੈਗਨੈਂਸੀ ਹੋ ਗਈ ਅਤੇ ਪ੍ਰੈਗਨੈਂਸੀ ਕਾਮਯਾਬ ਵੀ ਹੋਈ 9 ਮਹੀਨੇ ਤੋਂ ਬਾਅਦ ਜਦੋਂ ਓਪਰੇਸ਼ਨ ਨਾਲ ਡਿਲੀਵਰੀ ਹੋਈ ਅਤੇ ਇਹਨਾਂ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਇਹ ਉਸ ਟਾਈਮ ਤਾਂ ਥੋੜ੍ਹੇ ਦੁਖੀ ਲੱਗ ਰਹੇ ਸੀ ਪਰ ਜਦੋਂ ਇਹ ਆਪਣੇ ਪਿੰਡ ਵਾਪਸ ਚਲੇ ਗਏ ਅਤੇ 2 ਕੁ ਮਹੀਨੇ ਬਾਅਦ ਹੀ ਦੁਬਾਰਾ ਵਾਪਸ ਆ ਗਏ ਬਹੁਤ ਦੁਖੀ ਕਿ ਇਹ ਠੀਕ ਨਹੀਂ ਹੈ ਉਹ ਠੀਕ ਨਹੀਂ ਹੈ ਅਤੇ ਮੈਨੂੰ ਮੇਰੇ ਇੱਥੇ ਦਰਦ ਹੈ ਮੇਰੇ ਉੱਥੇ ਦਰਦ ਹੈ ਜਿਸ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਇਹ ਲੇਡੀ ਥੋੜ੍ਹੀ ਡਿਪਰੈਸਡ ਲੱਗ ਰਹੀ ਹੈ ਜਦੋਂ ਹੋਰ ਡਿਟੇਲ ਪਤਾ ਕੀਤੀ ਤਾਂ ਉਹ ਕਹਿੰਦੇ ਕਿ ਜਦੋਂ ਅਸੀਂ ਪਿੰਡ ਵਾਪਸ ਗਏ ਅਤੇ ਸਾਡੇ ਬੱਚੇ ਲੋਕ ਦੇਖਣ ਨਹੀਂ ਆਉਂਦੇ ਸਨ ਲੋਕ ਇੱਕ ਕਾਇੰਡ ਆਫ ਅਫਸੋਸ ਕਰਨ ਆਉਂਦੇ ਸਨ ਕਿ ਉਹ ਦੋ ਲੜਕੀਆਂ ਹੋ ਗਈਆਂ ਚਲੋ ਕੋਈ ਗੱਲ ਨਹੀਂ ਦੁਬਾਰਾ ਕੇਸ ਕਰਾ ਲੈਣਾ ਫਿਰ ਦੁਬਾਰਾ ਜਦੋਂ ਕੇਸ ਕਰਾਓਗੇ ਹੋ ਸਕਦਾ ਲੜਕਾ ਹੋ ਜਾਏ ਅਤੇ ਅਸੀਂ ਹੁਣ ਦੁਬਾਰਾ ਕੇਸ ਕਰਾਉਣਾ ਚਾਹੁੰਦੇ ਹਾਂ ਮੈਂ 2-3 ਦਿਨ ਕਾਫੀ ਪਰੇਸ਼ਾਨ ਰਹੀ ਇਹ ਗੱਲ ਸੁਣਨ ਤੋਂ ਬਾਅਦ ਕਿ ਮੈਂ ਇੰਨੀ ਇਸ ਕੇਸ 'ਤੇ ਮਿਹਨਤ ਕੀਤੀ ਇਹ ਇੰਨਾ ਹਾਈ ਰਿਸਕ ਕੇਸ ਸੀਗਾ ਅਤੇ ਇਹ ਸ਼ਾਇਦ ਬਿਨਾਂ ਬੱਚਿਆਂ ਤੋਂ ਹੀ ਚੰਗੇ ਸਨ ਇਹਨਾਂ ਦੀ ਅਸੀਂ ਟ੍ਰੀਟਮੈਂਟ ਨਾਲ ਇਹਨਾਂ ਦੇ ਦੋ ਬੱਚੇ ਕੀਤੇ ਇੰਨੇ ਸੋਹਣੇ ਹੱਥ ਲਾਇਆ ਮੈਲੇ ਬੱਚੇ ਅਤੇ ਇਹ ਖੁਸ਼ ਨਹੀਂ ਹਨ ਅਤੇ ਖੁਸ਼ੀ ਕਿੱਥੇ ਲੱਭ ਰਿਹਾ ਇਨਸਾਨ ਇਹ ਸਮਝ ਨਹੀਂ ਲੱਗਦੀ ਮੈਨੂੰ ਹੁਣ ਗੱਲ ਇਹ ਹੈ ਕਿ ਟੈਸਟ ਟਿਊਬ ਬੇਬੀ ਨਾਲ ਲੋਕ ਸੋਚਦੇ ਹਨ ਕਿ ਅਸੀਂ 1.5-2 ਲੱਖ ਰੁਪਇਆ ਖਰਚਾ ਕਰ ਰਹੇ ਹਾਂ ਅਤੇ ਬੱਚਾ ਜਿਹੜਾ ਹੈਗਾ ਉਹ ਸਾਡੀ ਆਪਦੀ ਮਰਜ਼ੀ ਨਾਲ ਹੋ ਸਕਦਾ ਹੈ ਅਤੇ ਇਹ ਜਿਹੜਾ ਹੈਗਾ ਕੇਸ ਕਰਨ ਵਾਲੇ ਡਾਕਟਰ ਵੀ ਕੁਛ ਇਸ ਤਰ੍ਹਾਂ ਦੇ ਹੈਗੇ ਹਨ ਜਿਹੜੇ ਪੇਸ਼ੈਂਟ ਦੀ ਇਸ ਚੀਜ਼ ਦੀ ਐਡਵਾਂਟੇਜ ਲੈਂਦੇ ਹੋਏ ਉਹਨਾਂ ਨੂੰ ਪ੍ਰੋਮਿਸ ਕਰ ਦਿੰਦੇ ਹਨ ਕਿ ਹਾਂ ਠੀਕ ਹੈ ਅਸੀਂ ਥੋੜ੍ਹੇ ਚਾਂਸ ਵਧਾ ਦੇਵਾਂਗੇ ਪਰ ਇਹ ਕੋਈ ਫੂਲ ਪਰੂਫ ਮੈਥਡ ਨਹੀਂ ਹੈ ਹੁਣ ਮੈਂ ਕੁਛ ਇਸ ਤਰ੍ਹਾਂ ਦੀ ਵਿਸਤਾਰ ਵਿੱਚ ਚੀਜ਼ਾਂ ਦੱਸਾਂਗੀ ਜਿਹੜੇ ਵਾਅਦੇ ਕਰਨ ਵਾਲੇ ਲੋਕ ਦੱਸਦੇ ਹਨ ਸਾਨੂੰ ਪੇਸ਼ੈਂਟਸ ਤੋਂ ਹੀ ਪਤਾ ਲੱਗਦਾ ਅਤੇ ਇਹ ਕਿਸ ਹੱਦ ਤੱਕ ਗਲਤ ਨੇ ਔਰ ਇਹ ਝੂਠੇ ਵਾਅਦਿਆਂ ਤੋਂ ਅਤੇ ਧੋਖੇ ਤੋਂ ਅਸੀਂ ਕਿਸ ਤਰ੍ਹਾਂ ਬਚਣਾ ਹੈ ਹੁਣ ਪਹਿਲੀ ਗੱਲ ਜਿਹੜੀ ਦੱਸੀ ਜਾਂਦੀ ਹੈ ਉਹ ਇਹ ਦੱਸੀ ਜਾਂਦੀ ਹੈ ਕਿ ਅਸੀਂ ਜਿਹੜੇ ਸਪਰਮਸ ਹੈਗੇ ਨੇ ਉਹ ਇਸ ਤਰ੍ਹਾਂ ਸੈਪਰੇਟ ਕਰਾਂਗੇ ਕਿ ਵਾਈ ਕ੍ਰੋਮੋਸੋਮ ਵਾਲੇ ਜਿਹੜੇ ਸਪਰਮਸ ਨੇ ਉਹ ਹਲਕੇ ਹੁੰਦੇ ਹਨ ਅਤੇ ਅਸੀਂ ਕੋਈ ਇਸ ਤਰ੍ਹਾਂ ਉਹਨਾਂ ਨੂੰ ਸੈਪਰੇਟ ਕਰਾਂਗੇ ਕਿ ਵਾਈ ਕ੍ਰੋਮੋਸੋਮ ਵਾਲੇ ਇਹ ਇੰਨਾ ਆਸਾਨ ਨਹੀਂ ਹੈ ਐਕਸ ਕ੍ਰੋਮੋਸੋਮ ਅਤੇ ਵਾਈ ਕ੍ਰੋਮੋਸੋਮ ਦਾ ਆਪਸ 'ਚ ਦੇਖਣ 'ਚ ਡਿਫਰੈਂਸ ਹੈ ਪਰ ਇੰਨਾ ਭਾਰ ਦਾ ਫਰਕ ਨਹੀਂ ਹੈ ਕਿ ਇੱਕ ਸਿੰਪਲ ਜਾਂ ਕੋਈ ਵੀ ਮਸ਼ੀਨ ਨਾਲ ਇਹ ਜਿਹੜਾ ਹੈ ਸੈਪਰੇਟ ਹੋ ਸਕੇ ਔਰ ਇਹ ਕੋਈ ਟੈਕਨੀਕ ਵੈਲੀਡੇਟਿਡ ਨਹੀਂ ਹੈ ਔਰ ਇਸ ਤਰ੍ਹਾਂ ਪ੍ਰੋਮਿਸ ਕਰਨ ਵਾਲਾ ਜਿਹੜਾ ਹੈ ਉਹ ਤੁਹਾਡੀ ਇਸ ਚੀਜ਼ ਦੀ ਐਡਵਾਂਟੇਜ ਲੈ ਰਿਹਾ ਹੈ ਦੂਸਰੀ ਜਿਹੜੀ ਉਹ ਕਹਿੰਦੇ ਹਨ ਕਿ ਅਸੀਂ ਜਿਹੜੇ ਹੈਗੇ ਆ ਇੱਕ ਡਰੋਪ ਦੇ ਵਿੱਚ ਸਪਰਮਸ ਇੱਕ ਪਾਸੇ ਪਾਉਂਦੇ ਹਾਂ ਅਤੇ ਵਾਈ ਕ੍ਰੋਮੋਸੋਮ ਵਾਲੇ ਸਪਰਮਸ ਜਿਹੜੇ ਆ ਉਹ ਹਲਕੇ ਹੁੰਦੇ ਹਨ ਉਹ ਤੇਜ਼ ਤੁਰਦੇ ਹਨ ਅਤੇ ਦੂਸਰੇ ਐਂਡ ਤੋਂ ਚੁੱਕ ਲੈਂਦੇ ਹਾਂ ਇਹ ਟੈਕਨੀਕ ਪੁਰਾਣੇ ਜ਼ਮਾਨੇ ਤੋਂ ਹੀ ਕੀਤੀ ਜਾਂਦੀ ਹੈ ਔਰ ਇਹ ਇਸ ਲਈ ਕੀਤੀ ਜਾਂਦੀ ਹੈ ਕਿ ਜਿਹੜੇ ਸਪਰਮਸ ਫਾਸਟ ਤੁਰ ਰਹੇ ਹੁੰਦੇ ਹਨ ਉਹਨਾਂ ਦੀ ਫਰਟੀਲਾਈਜੇਸ਼ਨ ਅਬਿਲਿਟੀ ਜ਼ਿਆਦਾ ਹੁੰਦੀ ਹੈ ਉਸ ਤੋਂ ਭਾਵ ਹੈ ਕਿ ਉਹਨਾਂ ਦੇ ਬੱਚੇ ਬਣਨ ਦੀ ਜਿਹੜੀ ਬੱਚੇ ਐਮਬਰੀਓ ਬਣਾਉਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਔਰ ਇਹਨਾਂ ਨਾਲ ਮੇਲ ਅਤੇ ਫੀਮੇਲ ਦੋਨੋਂ ਟਾਈਪ ਦੇ ਬੱਚੇ ਹੁੰਦੇ ਹਨ ਅਸੀਂ ਇਹ ਆਪਣੀ ਪ੍ਰੈਕਟਿਸ ਵਿੱਚ ਦੇਖਿਆ ਹੈ ਇਸ ਕਰਕੇ ਇਹ ਪ੍ਰੋਮਿਸ ਕਰਨਾ ਕਾਇੰਡ ਆਫ ਗਲਤ ਹੈ ਕਿ ਇਹ ਟੈਕਨੀਕ ਨਾਲ ਜਿਹੜਾ ਮੇਲ ਬੇਬੀ ਹੋਣ ਦੇ ਚਾਂਸਿਸ ਵੱਧ ਜਾਣਗੇ ਦੂਸਰੀ ਗੱਲ ਇਹ ਸਮਝਣ ਵਾਲੀ ਹੈ ਲੌਜੀਕਲੀ ਜੇ ਆਈ ਵੀ ਐੱਫ ਦਾ ਸਕਸੈਸ ਰੇਟ 100% ਨਹੀਂ ਹੈ ਕੋਈ 100% ਸਕਸੈਸ ਰੇਟ ਪ੍ਰੋਮਿਸ ਨਹੀਂ ਕਰਦਾ ਤਾਂ ਫਿਰ ਮੇਲ ਬੇਬੀ ਹੋਣ ਦਾ ਸਕਸੈਸ ਰੇਟ ਜ਼ਿਆਦਾ ਕਿੱਦਾਂ ਹੋ ਸਕਦਾ ਹੈ ਇਹ ਵੀ ਕੋਈ ਵੀ ਵੈਲੀਡੇਟਿਡ ਟੈਕਨੀਕ ਨਹੀਂ ਹੈ ਹੁਣ ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਅਸੀਂ PGS ਅਤੇ PGD ਕਹਿੰਦੇ ਹਾਂ ਇਹ ਜਿਹੜੀਆਂ ਟੈਕਨੀਕਸ ਨੇ ਇਹ ਸਾਇੰਸ ਨੇ ਇਸ ਲਈ ਬਣਾਈਆਂ ਕਿ ਕੋਈ ਜਿੱਦਾਂ ਮੰਨ ਲਓ ਕੋਈ ਕਪਲ ਹੈ ਜਿਹਦੇ ਵਿੱਚ ਹਸਬੈਂਡ ਨੂੰ ਵੀ ਵਾਈਫ ਨੂੰ ਵੀ ਥੈਲੇਸੀਮੀਆ ਹੈ ਅਤੇ ਬੱਚੇ ਨੂੰ ਥੈਲੇਸੀਮੀਆ ਜਾਂ ਕੋਈ ਵੀ ਹੋਰ ਬਿਮਾਰੀ ਜਿਹੜੀ ਹਸਬੈਂਡ ਅਤੇ ਵਾਈਫ ਵਿੱਚ ਹੈ ਬੱਚੇ ਵਿੱਚ ਹੋਣ ਦਾ ਜਿਹੜਾ ਡਰ ਹੈ ਅਤੇ ਅਸੀਂ ਉਹਨਾਂ ਵਿੱਚੋਂ ਨੋਰਮਲ ਐਮਬਰੀਓ ਲੱਭਣਾ ਚਾਹੁੰਦੇ ਹਾਂ ਤਾਂ ਉਹ ਟੈਕਨੀਕ ਵਿੱਚ ਐਮਬਰੀਓ ਵਿੱਚੋਂ ਕੁਛ ਸੈੱਲ ਕੱਢੇ ਜਾਂਦੇ ਹਨ ਅਤੇ ਬਿਮਾਰੀ ਚੈੱਕ ਕੀਤੀ ਜਾਂਦੀ ਹੈ ਸਾਇੰਸ ਨੇ ਇਸ ਲਈ ਇਹ ਟੈਕਨੀਕ ਬਣਾਈ ਹੈ
इस टेक्नीक नाल मेल या फीमेल चेक करना साढ़े देश विच कानूनी जुर्म है। हुन अगली गल समझन वाली ए है कि जे मान लो किसी दे इन्नी प्रोलोंगड इनफर्टिलिटी नाल बच्चे हो गए ते जे लड़कियां भी हो गई हैं ता मैं तो समझदी हाँ ये प्रोमिस जिहड़ा हैगा या ये दुआ करनी चाहिए है कि बच्चे जिहड़े आ हैल्दी होन, अपंग ना होन, उन्हां नूं कोई बीमारी ना होवे, रैदर दैन कि वह की होन। क्योंकि मैं इदा समझदी हाँ कि जे असी इदा सोचिए कि सिर्फ लड़के ही जन्म लैन तो वंश तो अगे लड़कियों तो बिना वैसे भी तुर नहीं सकता। दूसरा जो ट्रीटमेंट करन वाला डॉक्टर है वह भी एक फीमेल है तो जे कितनी सारिया फीमेल्स ने सोसाइटी में सानू अलग अलग तरीके हेल्प कर रही हैं तो जे वो ना हो एक तरह नाल दुनिया खत्म ही हो सकती है। जदों भी सानू कोई कॉल आती है तो मैं हुण अगे तो इस तरह करना है कि मैं ये लिंक उन्होंने शेयर करना है ताकि वो डिटेल में ये गल समझ सकन। एक होर चीज़ मैं शेयर करना चाहती हाँ अपने दर्शकों नाल वो ये है कि मैं एक केस नाल ही तुहानू दस सकांगी कि ये की है। एक पेशेंट सी साढ़े कोल आया जिन्हां दे एक लड़का सीगा 19-20 साल का ते उहदी डैथ हो गई सी ते वो दोबारा ट्रीटमेंट करवाना चाहते सन ते उन्हां दे पहले दोबारा पुरानी हिस्टरी पता करन ते मैनू पता लग्या कि पहले उन्हां दे घर एक लड़की सी फिर उन्होंने 3 अबॉर्शन करवाई हुई सी चैक करवा के कि लड़की है ते फिर फाइनली उन्हां दे घर एक लड़के ने जन्म लिया सी जिहड़ा वड्डा हो के ड्रग्स विच पै गया ते फिर फाइनली उहदी डैथ हो गई। हुण ये पेशेंट चाहता सी कि ट्रीटमेंट होवे असी जिदा एज़ यूजुअल पहले ही दस दें कि ये मेल या फीमेल असी चैक नहीं कर सकते पर नेचर के हिसाब न जिदा तुहाडे 50-50% चांसिस हैं असी तुहानू प्रैगनेंसी का चांस दे सकते हैं। ये जो पेशेंट है ये जदों 11-12 हफ्ते होए तो इनू हो गया कि हुण मैं किसी तरीके नाल इनू चैक करवा लवां तो मैं उन्होंने बिठा के काफ़ी देर समझाया कि कानून दी नज़रां तो तुसी बच गए पर रब दी नज़रां तो तुसी कदे नहीं बच सकते। ये जिहड़े असी गलत काम करते हाँ भ्रूण हत्या और ये सब चीज़ा इन्हों का कानून हो सकता किसी नूं ना फड़ सके पर रब दी भी एक नज़र हुंदी है कि तुहानू अपनी जिहड़े कर्मां दी सज़ा ऑलरेडी मिल चुकी है। जिहड़ा बच्चा तुसी 3 लड़कियां दी अबॉर्शन कराउण तो बाद जिस तरीके नाल लिया वो वैसे ही रब ने वापस लै लिया तो हुण दोबारा इस चक्कर विच ना आवो। वो काफ़ी सियाने सी उन्होंने मेरी गल सुनी समझी तो वो इस चक्कर विच नहीं पए। इस करके इस चीज़ का जिहड़ा मैसेज है वो ये है कि कानून नूं किसे तरीके नाल धोखा दिता जा सकता है पर रब दी नज़र तो डरना चाहिए है। जिहड़े लोग गैर कानूनी तरीके नाल भ्रूण हत्या करते हैं उन्होंने असी देखिया कई बार उन्हां दीआं ट्यूबां बंद हो जांदियां बच्चेदानी डैमेज हो जाती है क्योंकि वो लेट अबॉर्शन कराते हैं और उन्होंने काफ़ी कॉम्प्लीकेशन फेस करनिया पैंदियां और कई बार दोबारा बच्चा ही नहीं हुंदा और ये असी देखते हैं एज बाईस्टैंडर कि इन्हों ये अपनी इस चीज़ की सज़ा मिल रही है। सो लास्ट विच मेरा सारी जिहड़ी हैगी है पब्लिक नूं यही मैसेज है कि IVF जिहड़ा हैगा वो सैक्स सिलेक्शन बिल्कुल नहीं कर सकता जिहड़ा प्रोमिस कर रहा है वो तुहानूं धोखा दे रहा है और इस लई फर्टाइल पेशेंट्स नूं सिर्फ IVF इस लई नहीं कराना चाहिए कि वो इस विच सैक्स सिलेक्शन कर सकनगे। तुहाडा बहुत बहुत धन्यवाद।